ਫਾਜ਼ਿਲਕਾ ਦੇ ਵਿੱਚ ਨਗਰ ਕੌਂਸਲ ਚੋਣਾਂ ਦੇ ਦੌਰਾਨ ਆਪਣੀਆਂ ਉਲੇਖਨੀਆਂ ਸੇਵਾਵਾਂ ਦੇਣ ਵਾਲੇ 19 ਸੈਕਟਰ ਸੁਪਰਵਾਈਜ਼ਰ ਅਤੇ 203 ਬੀਐਲਓ ਦਾ ਐਸਟੀਐਮ ਫਾਜ਼ਿਲਕਾ ਵੱਲੋਂ ਕੀਤਾ ਗਿਆ ਸਨਮਾਨ। ਫਾਜ਼ਿਲਕਾ ਦੇ ਐਸਟੀਐਮ ਕੇਸ਼ਵ ਗੋਇਲ ਨੇ ਅੱਜ 19 ਸੈਕਟਰ ਸੁਪਰਵਾਈਜ਼ਰ ਅਤੇ 203 ਬੀਐਲਓ ਦਾ ਸਨਮਾਨ ਕੀਤਾ ਗਿਆ। ਨਗਰ ਕੌਂਸਲ ਚੋਣਾਂ ਦੇ ਦੌਰਾਨ ਆਪਣੀ ਵਧੀਆ ਸੇਵਾਵਾਂ ਦੇਣ ਦੇ ਚਲਦੇ ਉਹਨਾਂ ਵੱਲੋਂ ਇਹ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐਸਡੀਐਮ ਕੇਸ਼ਵ ਗੋਇਲ ਨੇ ਦੱਸਿਆ ਕਿ ਉਹਨਾਂ ਨੂੰ ਬੈਸਟ ਈਆਰਓ ਦਾ ਅਵਾਰਡ ਡੀਸੀ ਸਾਹਿਬ ਫਾਜ਼ਿਲਕਾ ਵੱਲੋਂ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਸਟਾਫ ਅਤੇ ਦਫ਼ਤਰੀ ਸਟਾਫ ਨੂੰ ਵੀ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅੱਜ 19 ਸੈਕਟਰ ਸੁਪਰਵਾਈਜ਼ਰ ਅਤੇ 203 ਬੀਐਲਓ ਨੂੰ ਐਪਰੀਸ਼ੀਏਸ਼ਨ ਲੈਟਰ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅੱਗੇ ਵੀ ਦਫ਼ਤਰੀ ਸਟਾਫ ਅਤੇ ਗਰਾਊਂਡ ਲੈਵਲ ਸਟਾਫ ਇਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਦੇਵੇਗਾ ਅਤੇ ਉਹਨਾਂ ਦੇ ਨਾਲ ਚੋਣ ਪ੍ਰਕਿਰਿਆ ਨੂੰ ਸੰਪੰਨ ਕਰਵਾਉਣ ਦੇ ਵਿੱਚ ਆਪਣੀ ਉਲੇਖਨੀ ਸੇਵਾਵਾਂ ਦਿੰਦਾ ਰਹੇਗਾ। ਇਸ ਮੌਕੇ ਤੇ ਫਾਜ਼ਿਲਕਾ ਦੇ ਨਾਇਬ ਤਹਿਸੀਲਦਾਰ ਵਿਜੇ ਬੈਲ ਅਤੇ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ। ਅੱਜ ਸਬ ਡਿਵੀਜ਼ਨ ਫਾਜ਼ਿਲਕਾ ਦੇ ਰਿਲੇਟਡ ਜੋ ਸਾਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਚੋਣ ਪ੍ਰਕਿਰਿਆ ਚੱਲ ਰਹੀ ਸੀ ਪਿਛਲੇ ਸਾਲ, ਉਸ ਵਿੱਚ ਵਧੀਆ ਕਾਰਗੁਜ਼ਾਰੀ ਲਈ 19 ਸੈਕਟਰ ਸੁਪਰਵਾਈਜ਼ਰ ਅਤੇ 203 ਬੂਥ ਲੈਵਲ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਵਿੱਚ ਵਿਸ਼ੇਸ਼ ਗੱਲ ਦੱਸਣਯੋਗ ਹੈ ਕਿ ਜੋ ਪਿਛਲੇ ਸਾਲ ਦੀ ਇਹ ਸਪੈਸ਼ਲ ਸਮਰੀ ਰਿਵੀਜ਼ਨ ਸੀ, ਉਸ ਵਿੱਚ ਐਸਡੀਐਮ ਫਾਜ਼ਿਲਕਾ ਯਾਨੀ ਕਿ ਇਸ ਅਹੁਦੇ ਨੂੰ ਮੈਨੂੰ ਬੈਸਟ ਈਆਰਓ ਦਾ ਅਵਾਰਡ ਮਾਨਯੋਗ ਡੀਸੀ ਸਾਹਿਬ ਵੱਲੋਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨਾਲ ਪ੍ਰਾਪਤ ਹੋਇਆ ਸੀ। ਇਸ ਦੇ ਤਹਿਤ ਹੀ ਜੋ ਸਾਡਾ ਗਰਾਊਂਡ ਲੈਵਲ ਦੇ ਸਟਾਫ ਜੋ ਸਾਡਾ ਦਿਨ ਰਾਤ ਕੰਮ ਕਰਦਾ ਹੈ, ਬੂਥ ਲੈਵਲ ਆਫਿਸਰਸ, ਸੈਕਟਰ ਸੁਪਰਵਾਈਜ਼ਰਸ ਅਤੇ ਸਹਾਇਕ ਈਆਰਓਜ਼, AER-1, AER-2, ਸਾਡਾ ਜੋ ਦਫ਼ਤਰੀ ਸਟਾਫ ਹੈ, ਇਹ ਉਸ ਦੀ ਬਦੌਲਤ ਹੀ ਅਸੀਂ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ ਅਤੇ ਇਸ ਦੇ ਤਹਿਤ ਹੀ ਅੱਜ ਇਹਨਾਂ ਨੂੰ ਐਪਰੀਸ਼ੀਏਸ਼ਨ ਲੈਟਰਸ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਇਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ ਹੈ ਅਤੇ ਇਹਨਾਂ ਨੂੰ ਮੋਟੀਵੇਟ ਵੀ ਕੀਤਾ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਮਹੀਨੇ ਸਾਲ ਦੇ ਵਿੱਚ ਵੀ ਇਸ ਤਰ੍ਹਾਂ ਹੀ ਤਨਦੇਹੀ ਦੇ ਨਾਲ ਕੰਮ ਕਰਨ। ਥੈਂਕ ਯੂ।